ਸਾਡੇ ਜ਼ਮੀਨਾਂ ਤੇ ਸਾਡੇ ਖੇਤਾਂ ਵਾਇਰ ਪਿੱਛੇ ਕਰੇ ਤੇ ਫਿਰ ਇੱਥੇ ਹੀ ਜਾਓਗੇ। ਜਦੋਂ ਤੱਕ ਉਸ ਗੱਲ ਤੇ ਨਾ ਉਤਰਾਂਗੇ ਬੰਦਾ ਸੌਂ ਤਾਂ ਨਹੀਂ ਸਕਦਾ, ਕੁਛ ਵੀ ਹੋ ਜਾਏ ਕਹੇ ਤਾਂ ਚੜ੍ਹਦੀ ਕਲਾ ਪ੍ਰਤੀਕ ਆ ਸਾਡਾ, ਪਰ ਇੱਥੇ ਅਸੀਂ ਜ਼ਹਿਰ ਨਹੀਂ ਖਾ ਸਕਦੇ। ਇੰਨਾ ਕੁ ਜਗਾੜ ਤਾਂ ਕਰਨਾ ਹੀ ਪੈਂਦਾ ਹੁੰਦਾ, ਬਸ ਆਹੀ ਨੁਕਤਾ। लोहड़ी ते कट्ठे होए त्योहार पहला नवा साल टपदा पहला जो उदू पहला गल करिए दिवाली भी टप्पी गुरु नानक साहब का जिहड़ा प्रकाश गुरुपी टप्पिया इत्थे संघर्ष च, फिर हुण नवा साल आ गया फिर लोहड़ी आ गई, पर इह जिहड़ा निश्चा साडे अंदर जां दृढ़ता इह बाकमाल। समां ते त्योहार लंघदे जांदे आ टप्पदे जांदे आ। ਇੰਨਾ ਕੁ ਜਗਾੜ ਤਾਂ ਕਰਨਾ ਹੀ ਪੈਂਦਾ, ਬਸ ਆਹੀ ਨੁਕਤਾ ਨੁਕਤਾ ਇਹੀ ਆ। ਅੱਜ ਜੇ ਸੰਘਰਸ਼ ਜਿੱਤਣਾ ਨਾ ਆਹ ਨੁਕਤਾ ਚਲਾਉਣਾ ਪਊ, ਸਭ ਕੁਛ ਆਪੇ ਨੀ ਚੱਲਣਾ, ਮਾੜਾ ਜਿਹਾ ਫੜ ਕੇ ਰੱਖਣਾ ਪੈਂਦਾ। ਇਹ ਗੱਲ ਜੇ ਆਪਾਂ ਸਮਝੀਏ, ਦੇਖੋ ਪੰਜਾਬੀਆਂ ਨੇ ਜਗਾੜ ਦਾ ਤਾਂ PhD ਕੀਤੀ ਹੋਈ ਆ, ਇੱਕ ਨੀ ਦੂਰੀ ਦੂਰੀ ਤੀਰੀ ਤੀਰੀ PhD ਕੀਤੀ ਆ ਬਲੰਦਰਾਂ ਨੇ। ਜੇ ਕਿਤੇ ਪਕੜ ਨੀ ਰਹਿੰਦੀ ਫੇਰ ਹੀ ਜਿਹੜਾ ਜ਼ੁਲਮ ਤੇ ਜ਼ਬਰ ਆ ਉਹ ਕਿਤੇ ਫਿਰ ਲਗਾਮ ਤੋਂ ਬਿਨਾਂ ਫਿਰ ਉਹਨਾਂ ਪਤਾ ਨੀ ਕਿੱਥੇ ਜਾ ਕੇ ਰੁਕਣੀ ਆ ਗੱਲ। ਹੁਣ ਗੱਲ ਉਹੀ ਹੋਈ ਪਈ ਆ ਨਾ, ਇਹ ਲਗਾਮ ਹੈ ਨੀ ਕੋਈ, ਕਿੱਥੇ ਕੁ ਜਾ ਕੇ ਰੁਕਣੀ ਆ ਗੱਲ। ਇੱਥੇ ਤਾਂ ਰੱਬ ਦੀ ਲਗਾਮ ਵੀ ਨੀ ਮੰਨਦੇ, ਇਹ ਤਾਂ ਹੰਕਾਰੇ ਫਿਰਦੇ ਆ, ਇਹਨਾਂ ਚ ਨਿਰਦਈ ਹੋਣਾ ਇੰਨਾ ਅੱਛਾ, ਵਾਅਦੇ ਕਰਕੇ ਮੁੱਕਰਨਾ ਇਹਨਾਂ ਨੂੰ ਐਂ ਲੱਗਦਾ ਵੀ ਸਾਡੀ ਜਿਹੜੀ ਪੋਲਿਟਿਕਸ ਆ ਨਾ ਉਹਦੇ ਸਾਹਮਣੇ ਸਭ ਕੁਛ ਕਿਰਦਾਰ ਕਰਦੂਰ ਕੁਛ ਮਾਇਨੇ ਨਹੀਂ ਰੱਖਦਾ ਇਹਨਾਂ ਲਈ। ਨਾ ਆਪਾਂ ਕਿਸੇ ਨਾਲ ਵਾਅਦਾ ਕਰ ਜਾਈਏ ਮੁੜ ਕੇ ਯਾਰ, ਜਦੋਂ ਤੱਕ ਉਸ ਗੱਲ ਤੇ ਨਾ ਉਤਰਾਂਗੇ ਬੰਦਾ ਸੌਂ ਤਾਂ ਨਹੀਂ ਸਕਦਾ, ਕੁਛ ਵੀ ਹੋ ਜਾਏ ਕਹੇ ਸਾਨੂੰ ਕਰੀ ਕਹੀ ਜਾਣ ਵੀ ਇਹਨਾਂ ਦੇ ਕਿਰਦਾਰ ਨਹੀਂ ਰਹੇ, ਪਰ ਅੱਜ ਵੀ ਉੱਥੇ ਹੀ ਖੜੇ ਹਾਂ ਆਪਾਂ, ਜੇ ਕਿਰਦਾਰ ਨਾ ਹੁੰਦੇ ਤਾਂ ਅੱਜ ਇੱਥੇ ਥੋੜ੍ਹੀ ਹੋਣਾ ਸੀ। ਸੋ ਇਹ ਪੰਥ ਦੀ ਤਾਕਤ ਇਹ ਹੁੰਦੀ ਆ ਵੀ ਪੰਥ, ਜਦੋਂ ਕੱਲ ਅਸੀਂ ਗੱਲਾਂ ਕਰ ਰਹੇ ਸੀ ਤੇ ਸਾਡੇ ਇੱਕ ਸਰਦਾਰ ਧੀਰ ਸਿੰਘ ਉਹਨਾਂ ਨੇ ਗੱਲ ਦੱਸੀ, ਕਹਿੰਦੇ ਜਦੋਂ ਦਸਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਅੰਮ੍ਰਿਤ ਛਕਾਇਆ ਨਾ ਤੇ ਕੁਛ ਕੰਮ ਤੋਂ ਬਚ ਗਿਆ, ਜਿਹੜਾ ਬਚਿਆ ਸਿੰਘਾਂ ਨੂੰ ਕਿਹਾ ਵੀ ਐਂ ਕਰੋ ਸਰੋਵਰ ਚ ਪਾ ਦਿਓ, ਤਾਂ ਸਿੰਘਾਂ ਨੇ ਸਰੋਵਰ ਚ ਪਾਤਾ ਫਿਰ ਵੀ ਕੁਛ ਬਚ ਗਿਆ। ਤੇ ਗੁਰੂ ਸਾਹਿਬ ਕਹਿੰਦੇ ਐਂ ਕਰੋ ਇਹਨੂੰ ਕਰੀਰਾਂ ਦੇ ਅੱਖਾਂ ਤੇ ਛਿੜਕ ਦਿਓ, ਤੇ ਸਿੰਘ ਕਹਿੰਦੇ ਵੀ ਪਾਤਸ਼ਾਹ ਇਹ ਕੀ ਕੌਤ ਕਰ, ਕਹਿੰਦੇ ਖਾਲਸਾ ਨਾ ਅੱਖਾਂ ਤੇ ਕਰੀਰਾਂ ਚੋਂ ਹੀ ਪੈਦਾ ਹੋ ਜਾਂਦਾ। ਤੁਸੀਂ ਇਹ ਦੇਖੋ ਉਹ ਹੁਣ ਸਾਡੇ ਸਾਹਮਣੇ ਆ ਗਈ ਗੱਲ, ਅਸੀਂ ਅੱਖਾਂ ਤੇ ਕਰੀਰਾਂ ਚ ਸੀ ਜਿਹੜੇ ਪੰਜਾਬ ਨੂੰ ਇਹ ਕਹਿਤਾ ਜਾਂ ਸਿੱਖ ਪੰਥ ਨੂੰ ਇਹ ਕਹਿਤਾ, ਦੇਖੋ ਸਾਡੀ ਜਿਹੜੀ ਸਪਿਰਿਟ ਕਿਹੜੀ ਨਾਲ ਲੜ ਰਹੀ ਆ, ਅਕਾਲ ਪੁਰਖ ਵਾਹਿਗੁਰੂ ਦੇ ਨਿਸ਼ਾਨ ਸਾਹਿਬ ਦੇ ਹੇਠ ਲੜ ਰਹੀ ਆ, ਬਾਕੀ ਬੜੇ ਰੰਗ ਆ ਇਹ ਵੀ ਮੰਨਦੇ ਆ, ਪਰ ਜਿਹੜਾ ਰੰਗ ਲੀਡ ਕਰ ਰਿਹਾ ਇਹ ਤਾਂ ਮੰਨਣਾ ਪਊਗਾ। ਸੋ ਇਸੇ ਖਾਤਰ ਅਸੀਂ ਜ਼ੀਰੋ ਸੀ, ਇੱਕ ਕਾਲ ਵੀ ਦਿੱਲੀ ਜਾਣਾ, ਅੱਛਾ ਸਾਨੂੰ ਆਪ ਨੂੰ ਨੀ ਪਤਾ ਸੀ ਵੀ ਦਿੱਲੀ ਜਾਣਾ ਕੀ ਕਰਨਾ, ਜਿਹੜੇ ਸਾਡੇ ਜਥੇਬੰਦਕ ਢਾਂਚੇ ਆ ਜਾਂ ਜਿਹੜੇ ਸਾਡੇ ਆਗੂ ਆ ਉਹ ਇਹ ਸੋਚੀ ਬੈਠੀ ਆ ਵੀ ਜਿੱਥੇ ਭਾਲਿਆ ਭਾਲਾਂਗੇ, ਸਰਕਾਰ ਇਹ ਸੋਚੀ ਬੈਠੀ ਆ ਵੀ ਚਲੋ ਇੱਥੇ ਆਉਣਗੇ ਤਾਂ ਆਹ ਬਰਾੜੀ ਵਾਲੇ ਗਰਾਊਂਡ ਜੇ ਚ ਲੈ ਜਾਂਗੇ ਘੇਰ ਕੇ, ਪਰ ਕੌਤਕ ਵੇਖੋ ਕੀ ਵਾਪਰਿਆ।
ਉਧਰੋਂ ਸਿੰਘੂ ਘੇਰ ਲਿਆ, ਇਧਰੋਂ ਆ ਟੀਕਰੀ ਤੁਸੀਂ ਘੇਰੀ ਬੈਠੇ ਹੋ, ਉਧਰੋਂ ਗਾਜ਼ੀਆਬਾਦ ਵਾਲੇ ਉਧਰ ਬੈਠੇ ਆ, ਫਿਰ ਰਾਜਸਥਾਨ ਵਾਲੇ ਆ ਗਏ। ਸੋ ਇਹ ਜਿਹੜਾ ਕੌਤਕ ਵਾਪਰਿਆ ਨਾ, ਇਹ ਜੇ ਅਸੀਂ ਕਹੀਏ ਵੀ ਸਾਡੀਆਂ ਗਿਣਤੀਆਂ ਬੇਨਤੀਆਂ ਦੇ ਹਿਸਾਬ ਨਾਲ ਗੱਲ ਹੋਈ ਹੈ, ਇਹ ਤਾਂ ਨਹੀਂ ਹੋਈ, ਜਾਂ ਕਿਸੇ ਜਥੇਬੰਦੀ ਜਾਂ ਸਾਡੇ ਵਰਗੇ ਕਿਸੇ ਬੰਦਿਆਂ ਦੇ ਹਿਸਾਬ ਨਾਲ ਗੱਲ ਹੋਈ ਹੈ, ਨਹੀਂ ਹੋਈ। ਸੋ ਜਿਹੜਾ ਬੇਲਗਾਮ ਹੋਈ ਹੋਈ ਗੱਲ ਨੂੰ ਪਕੜ ਆ ਨਾ ਅੱਜ, ਉਹ ਪ੍ਰਮਾਤਮਾ ਨੇ ਹੀ ਪਾਈ ਹੈ, ਇਹ ਗੱਲ ਤਾਂ ਸਾਨੂੰ ਮੰਨਣੀ ਪਊ। ਠੀਕ ਆ, ਆਪਾਂ ਇੱਥੇ ਬਦਾਮ ਵੀ ਖਾਧੇ, ਇੱਥੇ ਆਪਾਂ ਗਜਰੇਲੇ ਵੀ ਖਾਈ ਜਾਂਦੇ ਹਾਂ, ਖੀਰਾਂ ਵੀ ਖਾਧੀਆਂ, ਸਭ ਕੁਛ ਕਰੀ ਜਾਂਦੇ ਹਾਂ, ਇਹ ਤਾਂ ਚੜ੍ਹਦੀ ਕਲਾ ਪ੍ਰਤੀਕ ਆ ਸਾਡਾ, ਪਰ ਇੱਥੇ ਅਸੀਂ ਜ਼ਹਿਰ ਨਹੀਂ ਖਾ ਸਕਦੇ, ਹੈ ਨਾ। ਇਹ ਇਹ ਸਾਡੀ, ਅਸੀਂ ਤਾਂ ਗਾਮੀ ਤੇ ਵੀ ਆਨੰਦ ਸਾਹਿਬ ਪੜ੍ਹਦੇ ਹਾਂ ਤੇ ਅਸੀਂ ਖੁਸ਼ੀ ਤੇ ਵੀ ਆਨੰਦ ਸਾਹਿਬ ਪੜ੍ਹਦੇ ਹਾਂ। ਤੁਸੀਂ ਸੋਚੋ ਕਿੱਡਾ ਵੱਡਾ ਮੈਸੇਜ ਆ ਇਹ ਦੁਨੀਆਂ ਨੂੰ ਭਾਣਾ ਮੰਨਣ ਦਾ। ਸੋ ਪਰ ਇਹੀ ਗੱਲ ਆ ਵੀ ਅਸੀਂ ਇਸ ਪਾਸੇ ਨੂੰ ਨਹੀਂ ਸਮਝ ਸਕਦੇ ਵੀ ਜਿਹੜੇ ਸਾਡੇ ਬੰਦੇ ਕਹਿਣ ਵੀ ਆਹ ਲਓ ਜੀ ਖਾ ਲਿਆ ਜ਼ਹਿਰ ਤੇ ਤੁਰ ਕੇ, ਇਹ ਨਹੀਂ ਸਾਨੂੰ ਸਿਖਾਇਆ ਸਾਡੇ ਰਹਿਬਰਾਂ ਨੇ, ਸਾਨੂੰ ਤਾਂ ਚੜ੍ਹਦੀ ਕਲਾ 'ਚ ਰਹਿ ਕੇ ਲੜਨਾ ਸਿਖਾਇਆ, ਤੇ ਉਹੀ ਸਾਨੂੰ ਫਿਰ ਜਜ਼ਬਾ ਦਿੰਦਾ ਅੰਦਰੋਂ, ਉਹੀ ਸਾਡੇ ਅੰਦਰ ਜੋਸ਼ ਭਰਦੀ ਹੈ, ਚੜ੍ਹਦੀ ਕਲਾ ਦਾ ਹੀ ਤਾਂ ਜੋਸ਼ ਹੈ ਨਾ। ਅੱਜ ਜਿਵੇਂ ਬਾਈ ਗੱਲ ਕਰ ਰਹੇ ਸੀ ਵੀ ਜਿਹੜੇ ਲੰਗਰ ਲਾਉਣੇ ਆ, ਤੇ ਫਿਰ ਇੱਥੇ ਬਾਬਾ ਜੀ ਬਖਸ਼ੀਸ਼ ਬਾਈ ਵੀ ਨਾਲ ਆ ਸਾਡੇ, ਤੇ ਉਹਨਾਂ ਨੇ ਕਿਹਾ ਵੀ ਦੇਖੋ ਆਪਣੇ ਸਿੱਖ ਜਿਹੜੀ ਸੰਗਤ ਆ ਜਾਂ ਕਿਸਾਨ ਅੱਜ ਬਹੁਤ ਕਰਜ਼ਿਆਂ 'ਚ, ਆਪਾਂ ਗੱਲਾਂ ਹੀ ਕਰ ਰਹੇ ਹਾਂ, ਕੋਈ ਇਹ ਐਸਾ 'ਚ ਲੈਕਚਰ ਨਹੀਂ ਹੈ। ਲੈਕਚਰ ਮੈਂ ਜਿੱਥੇ ਦਾ ਸਟੇਜ ਤੋਂ ਪਾਸੇ ਜੇ ਕੀਤਾ ਮੈਂ ਭੁੱਲ ਹੀ ਗਿਆ, ਹੁਣ ਤਾਂ ਗੱਲਾਂ ਜਿਹੀਆਂ ਯਾਦ ਆ ਰਹਿ ਗਈਆਂ, ਹੁਣ ਇਹੀ ਕਰ ਲੈਂਦੇ ਹਾਂ। ਸੋ ਹਾਂਜੀ, ਮੰਨ ਲਓ ਕੱਲ੍ਹ ਨੂੰ ਲੜਨਾ ਪੈ ਗਿਆ ਤਲਵਾਰ ਚੱਕੀ ਨਾ ਚੱਕੀ, ਮੈਂ ਤੁਹਾਨੂੰ ਉਹੀ ਅਸੀਂ ਗੱਲ ਕਰ ਰਹੇ ਸੀ, ਪਹਿਲਾ ਵਾਰ ਸਾਡਾ ਨਹੀਂ ਹੈ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ, ਵੈਰੀ ਗੁੱਡ ਬਾਈ, ਠੀਕ ਆ। ਸੋ ਗੱਲ ਇਹ ਆ, ਜਦੋਂ ਆਪਾਂ ਸਿੱਖ ਆ ਨਾ ਜਿਹੜਾ, ਉਹ ਪਹਿਲਾ ਵਾਰ ਨਹੀਂ ਕਰਦਾ, ਪਹਿਲਾ ਵਾਰ ਵੀ ਉਹਨਾਂ ਦਾ ਹੋਊ, ਦੂਜਾ ਵੀ ਉਹਨਾਂ ਦਾ ਹੋਊ, ਤੀਜਾ ਵੀ ਉਹਨਾਂ ਦਾ ਹੋਊ। ਜਦੋਂ ਪੈਂਡੇ ਖਾਂ ਨੂੰ ਕਹਿਤਾ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਕਰ ਲਾ ਪੁੱਤ ਇੱਕ ਹੋਰ ਕਰ ਲਾ ਵਾਰ, ਫਿਰ ਚੌਥੇ ਵਾਰ ਦੋ ਵਾਰ ਕਰਕੇ ਸਿੱਟਦਾ ਸੀ, ਚੌਥੇ ਵਾਰ ਲਈ ਇਹੋ ਜਿਹੀ ਤਿਆਰੀ ਹੋ ਗਈ ਫਿਰ ਵੀ ਅਗਲੇ ਸੋਚੇ, ਉਹ ਸੋਚਿਆ ਵੀ ਨਾ ਸੰਘਰਸ਼ ਲੜਨਾ। ਪਰ ਇੱਥੇ ਪਹਿਲਾ ਵਾਰ ਵੀ ਸਾਡਾ ਨਹੀਂ ਹੋਊ, ਦੂਜਾ ਵੀ ਨਹੀਂ ਹੋਊ ਤੇ ਤੀਜਾ ਵੀ ਨਹੀਂ ਹੋਊ, ਇਹ ਗੱਲ ਨੁਕਤਾ ਬੰਨ ਲਿਓ ਬੰਨ ਲਿਓ, ਪਰ ਚੌਥਾ ਫਿਰ ਸਾਡਾ। ਉੱਥੇ ਫਿਰ ਹੋ ਸਕਦਾ ਕੁਰਬਾਨੀਆਂ ਦੇਣੀਆਂ ਪੈਣ, ਪਰ ਜੇ ਕੁਰਬਾਨੀਆਂ ਦਿੰਨੇ ਆ ਤਾਂ ਹੀ ਨਿਸ਼ਾਨ ਸਾਹਿਬ ਝੂਟਦੇ ਆ, ਬੋਲੇ ਸੋ ਨਿਹਾਲ ਅਸੀਂ ਪੁਰਾਣੇ ਕਾਨੂੰਨ ਦੀਆਂ ਕਾਪੀਆਂ ਸਾੜ ਰਹੇ ਹਾਂ, ਥੋੜੀਆਂ ਸ਼ੁਭ ਆਰੰਭ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕੀਤਾ ਜਾ ਰਿਹਾ ਹੈ। ਗੁਲਾਬੀ ਤਾਜ਼ਾ ਇੱਧਰ ਹੋਏ, ਜਦੋਂ ਜਦੋਂ ਸਾਡੇ ਤੇ ਕੋਈ ਹਮਲਾ ਹੋਊਗਾ, ਸਾਡੀ ਹੋਂਦ ਤੇ ਹਮਲਾ ਹੋਊਗਾ, ਤੇ ਉਹ ਕਿਸੇ ਢੰਗ ਚ ਕਰ ਲੈਣਾ, ਉਹਦਾ ਅੰਤ ਆਹੀ ਹੋਣਾ। ਇਹ ਸਿੰਬੋਲਿਕ ਗੱਲ ਕਰ ਰਹੇ ਹਾਂ, ਸਾਡੀ ਹੋਂਦ ਤੇ ਸਾਡੇ ਜ਼ਮੀਨਾਂ ਤੇ ਸਾਡੇ ਖੇਤਾਂ ਚ ਆਉਂਗੇ ਤੇ ਫਿਰ ਇੱਥੇ ਹੀ ਜਾਓਗੇ। ਬਿਲਕੁਲ ਬਿਲਕੁਲ।